हाँ जी सत श्रीकाल जी सारे वीरां नूं गुड मॉर्निंग। लो जी अज कल दे पहुंचे मैं नवें इलाके च इधर थर्मल प्लांट कोल। इधर अपने बिजली बनती है थर्मल किन्नी पिंड नूं हो उत्थे अपने यार मित्र दी आए मैं तूड़ी बनाउण मुंडे प्रिंस दी उहनूं दिखाउंदे आ किवें लाण इधर किन्ना भइयां दा रेट आ वढणे वालिआं दा देखो मिलो इधर लग्या वा पंगू सवेरे सवेरे फिल्टर फुल्टर साफ करन कहिंदा झाड़ लवां आ मुंडा जी 45 वाला टायर दुए पाते कहिंदे कितकी बीकीटे दे 45 जोर तो नहीं मान लगता हुण 45 का हाँ टायर उड़ने नूं बड़े यार पहला 6-16 दे ते हुण 7-50 दे हो गए वधिया चलदा बीकीटी दे पाए आ किन्ने दे पाए आ झाड़ झूड़ के आया फिर इधर थोड़े एरिया हाँ झाड़ कटे है ना सारे पास यार झाड़ सारा बुरा हाल है भाई हाँ गुल्ली डंडे ज्यादा है कणक गुल्ली डंडे मरे नहीं गुल्ली डंडे बहुत हो गए है ना ठीक ठीक ਬਈਆਂ ਇਹ ਲਾਏ ਵੇ ਆ ਵੱਢਣ ਕਣਕ ਬਾਈ ਜੀ ਨੂੰ ਤੂੜੀ ਦੀ ਲੋੜ ਆ ਯਾਰ ਹੁੰਦਾ ਹੁਣ ਇਹਨਾਂ ਤੇ ਵਟਾ ਕੇ ਕਿਆ ਬਚੂਗਾ ਬਾਈ ਜੀ ਨੂੰ ਤੂੜੀ ਦੀ ਲੋੜ ਆ 8000 ਰੁਪਏ ਮੰਗਦੇ ਆ ਇਹ ਪੱਲੇ ਪੱਲੇ ਜਿਹਨੇ ਡੰਗਰ ਰੱਖੇ ਵੇ 20 ਉਹ ਕਿੱਥੇ ਜਾਉਂਗੇ ਫਿਰ ਗੱਲ ਪੱਕੀ ਆ ਤੁਹਾਡੇ ਕਿਨੇ ਡੰਗਰ ਨੂੰ ਰੱਖੇ ਵੀ ਲੋਕਾਂ ਨੇ ਜ਼ਿਆਦਾ ਹੋਏ ਆ ਗਾਇਆਂ ਜ਼ਿਆਦਾ ਰੱਖੀਆਂ ਨਹੀਂ ਹਨਾ ਜ਼ਿਆਦਾ ਗਾਇਆਂ ਰੱਖੀਆਂ ਹੋਈਆਂ ਬਾਈ ਇੱਧਰ ਇਹਨਾਂ ਲੋਕਾਂ ਕਿਉਂਕਿ ਇਹਨਾਂ ਦਾ ਦੁੱਧ ਵਿਕਦਾ ਉਰੇ ਥਰਮਲਾਂ 'ਚ ਹੋਰ ਆਲੇ ਦਾਲੇ ਤਾਂ ਹੀ ਐਵੇਂ ਇਹਨਾਂ ਨੂੰ ਆਉਂਦੀਆਂ ਗੱਲਾਂ ਤਾਂ ਹੀ ਇਹ ਗਿਣਦੇ ਝਾੜ ਝੂੜ ਕੱਟਣ ਨੂੰ ਕਹਿੰਦੇ ਕੋਈ ਪਰਵਾਹ ਨਹੀਂ ਦੁੱਧ ਵਿਕੀ ਜਾਵੇ ਸਾਡਾ ਬਸ ਠੀਕ ਆ ਦੁੱਧ ਨਹੀਂ ਮਾਰਦਾ ਦੁੱਧ ਤਾਂ ਵਿਕਣਾ ਹੀ ਵਿਕਣਾ ਦੁੱਧ ਦੀ ਡਿਮਾਂਡ ਬਹੁਤ ਹੈ ਨਾ ਬਹੁਤ ਡਿਮਾਂਡ ਆ ਹਨਾ ਦੁੱਧ ਥੋੜੀ ਵਿਕਣਾ ਚਾਹ ਪਾਣੀ ਹਰੇਕ ਬੰਦਾ ਪੀਂਦਾ ਹੀ ਆ ਦੁੱਧ ਵੀ ਪੀਂਦਾ ਹੈ ਬਿਲਕੁਲ 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 ਤੇਰੇ ਵਰਗੇ ਨੂੰ ਅੱਧੇ ਘੰਟੇ ਬਾਅਦ ਕਹਿਣਾ ਲੱਸੀ ਲਿਆ ਲੱਸੀ ਆਹੋ ਹਾਂ ਚਾਹ ਲਿਆ ਚਾਹ ਕੰਡੇ ਵਾਲੀ ਹਾਂ ਆਉਣਾ ਦੁੱਧ ਨਾਲੇ ਬਾਈ ਫਿਰ ਉਹ ਸਾਰਾ ਕੁਝ देखो लाण इधर पर भी दिखा दूंगा सारे दिखाऊंगे आ गए थर्मल कोल आ देखो अंबूजा हाँ हाँ प्लांट लाने लाने नू कहंदे होर असी मना कर रोकिया वा इहनां नू नहीं नाले कहंदे जंट बंद करते च नहीं चलदी आ चल एक बाइक बंद कर घटाया वो छोटी जिमनी दी ना वो ढाती अच्छा दो चार चलदे आ अच्छा नाल कहंदे वो भी बंद हो जाने हुण नहीं बंद तां नहीं हां गल पक्की आ बहुत फर्क पैंदा तूं इहदा रात नूं तैनूं मैं वीडियो भेजूंगा बना के देखी अच्छा ठीक ਠੀਕ ਹੈ ਠੀਕ ਹੈ ਹਵਾ ਖੜਦੀ ਆ ਨਾ ਹਾਂ ਫਿਰ ਆਲੇ ਦਾਲੇ ਨੂੰ ਜਿਵੇਂ ਭੈ ਜੋ ਬੱਦਲ ਹੀ ਆ ਬੰਦਾ ਤੇ ਅੱਛਾ ਤੂੰ ਆ ਤਾਂ ਫਿਰ ਰਾਤ ਨੂੰ ਚੰਗਾ ਆਉਂਦਾ ਹੈ ਨਾ ਸਾਹ ਲੈਣ ਔਖਾ ਹੁੰਦਾ ਯਾਰ ਕਰਾਣਾ ਇਹਨਾਂ ਦਾ ਹੀ ਜੇ ਹੁਣ ਬਾਈ ਚਾਂਸ ਬੰਦਾ ਨਾ ਇੱਧਰ ਪੰਗੂ ਕੱਪੜੇ ਧੋ ਕੇ ਬਾਹਰ ਤਾਰ ਸੁੱਕਣ ਵਾਵੇ ਜੋ ਵੀ ਸਵਾਹ ਜਾਂ ਮ ਜਾਂਦੀ ਉੱਪਰ ਯਾਰ ਸਾਡੇ ਦਾ ਸਾਡਾ ਥੋੜਾ ਫੇਰ ਨੂੰ ਪੈਂਦਾ ਹਾਂ ਕੱਪੜੇ ਦਾ ਸਾਡਾ ਫੇਰ ਨੂੰ ਪੈਂਦਾ ਤੂੰ ਆ ਦੂਰਜੀ ਵਾਲਾ ਤਾਂ ਦੇਖੀ ਦੂਰਜੀ ਵਾਲਾ ਦਾ ਹਾਲ ਅੱਛਾ ਫੜਦਾ ਹੀ ਨਹੀਂ ਸਮਿੰਟ ਚੜ ਜਾਂਦਾ ਦੂਜਾ ਹਾਲ ਦੇਖੀ ਉਹ ਪਾਉਂਦੇ ਹੀ ਨਹੀਂ ਕੋਠੇ ਤੇ ਕੱਪੜੇ ਅੱਛਾ ਬਹੁਤ ਬੁਰਾ ਹਾਲ ਆ ਉਹੀ ਤਾਂ ਮੈਂ ਕਹਿੰਦਾ ਸਵਾਹ ਨਾਲੇ ਕਾਲੇ ਹੋ ਜਾਂਦੇ ਕੱਪੜੇ ਦਿਨ ਚ ਨੂੰ ਕਹਿੰਦੇ ਚਾਰ ਚਾਰ ਵਾਰ ਝਾੜੂ ਮਾਰਦੇ ਅਸੀਂ ਅੰਦਰ ਦੇ ਸਮਿੰਟ ਸਫਾਈ ਨਿਕਲਦੀ ਆ ਇੰਨਾ ਬੁਰਾ ਹਾਲ ਆ ਪਰ ਇੱਕ ਗੱਲ ਦਾ ਫਾਇਦਾ ਵੀ ਆ ਵੰਗੂ ਜੇ ਕਿਸੇ ਨੇ ਛੱਡ ਛੁੱਟ ਪਾਉਣਾ ਬਸ ਥੈਲਾ ਕਰ ਲੈਂਦੇ ਹੁਣ ਇਕੱਠੇ ਹੌਲੀ ਹੌਲੀ ਸਮਿੰਟਦੇ ਆ ਉੜ ਕੇ ਆ ਜਾਂਦਾ ਘਰੇ ਆ ਉੜ ਕੇ ਆ ਜਾਂਦਾ ਘਰੇ ਆ ਨਹੀਂ ਯਾਰ ਗਲਤ ਆ ਜਾਓ ਗੱਲ ਹੈਗੀ ਆ ਬਿਲਕੁਲ ਇੱਕ ਆਇਆ ਨਾ ਵੀ ਤੁਸੀਂ ਫੈਕਟਰੀ ਲਾਈ ਵੀ ਆ ਜਿਵੇਂ ਇਹਨਾਂ ਨੇ ਲਾਈ ਵੀ ਸਾਡੇ ਕਿਸੇ ਲੋਕਲ ਮੁੰਡੇ ਨੌਕਰੀ ਮਿਲਦੇ ਹਾਂ ਇਹ ਇਹ ਤਾਂ ਸਾਰੇ ਪਾਸੇ ਆਈ ਹਾਲ ਆ ਸਾਰੇ ਬਾਹਰ ਦੇ ਰੱਖੇ ਵੀ ਇਹਨਾਂ ਨੇ ਸਾਰੇ ਉਹ ਬੰਦੇ ਹਿਮਾਚਲ ਦੇ ਇੱਧਰ ਪਤਾ ਨਹੀਂ ਕਿੱਥੇ ਦੇ ਭਈਏ ਪਤਾ ਨਹੀਂ ਕਿੱਥੇ ਕਿੱਥੇ ਦੇ ਬੰਦੇ ਆਏ ਵੇ ਆ ਠੀਕ ਹੈ ਲੋਕਲ ਕਿਸੇ ਨੂੰ ਨੌਕਰੀ ਦਿੰਦੇ ਹੈ ਸਾਰੇ ਮੁੰਡੇ ਐਵੇਂ ਵਿਹਲੇ ਫਿਰਦੇ ਦੇਖ ਲੈ ਕੋਈ ਨਾਲਾਗੜ ਨੂੰ ਭਾਜਦਾ ਫੈਕਟਰੀਆਂ ਨੂੰ ਦੇਖੋ ਹੀ ਪੰਦਾਲ ਕਿੰਨਾ ਮਾਡਲ ਆ ਇਹ 11 ਮਾਡਲ ਬਾਈ ਕੁਝ ਕਰਾਇਆ ਤਾਂ ਨਹੀਂ ਹੋ ਰਿਹਾ ਇਹਦਾ ਕੰਮ ਕੋਈ ਵੀ ਟਾਇਰ ਟਾਇਰ ਲਵਾਏ ਤਾਂ ਟਰਬੋ ਕਰਾਣੀ ਸੋਚਦੇ ਆ ਕਰਾ ਲਈਏ ਫਿਰ ਬਾਈ ਦੱਸਿਓ ਕਮੈਂਟਾਂ 'ਚ ਆ ਫਾਰਮ ਟਰੱਕ 45 ਆ ਸੁਪਰ ਮੈਕਸ ਟਰਬੋ ਕਰਾ ਦਈਏ ਤਾਂ ਫਿਰ ਕਿਵੇਂ ਪਰਫਾਰਮੈਂਸ ਇਹਦੀ ਜ਼ੋਰ ਜ਼ੋਰ ਦੱਸ ਦਿਓ ਕਿਵੇਂ ਪੈ ਜੂਗਾ ਫਰਕ ਜੇ ਕਿਸੇ ਵੀਰ ਨੇ ਕਰਾਇਆ ਵਾ ਆ ਬਾਈ ਵੀ ਕਹਿੰਦਾ ਮੈਂ ਵੀ ਟਰਬੋ ਕਰਾਉਣਾ
ਕਹਿੰਦਾ ਰੱਖਿਆ ਵਾ ਪੂਰਾ ਸ਼ੌਂਕ ਨਾਲ ਆਣ। ਲੋ ਭਾਈ ਲੱਗਾ ਵਾਰਸ ਬਣਾਉਣ, ਦੂਆ ਠੋਕੀ ਫਿਰਦਾ, ਬੋਲਾ ਪਹਿਲਾਂ ਲਾ ਲਾ, ਸਾਜਰੇ ਦਾ ਟਾਈਮ ਆ, ਮਤਬਲੇ ਨਹੀਂ, ਟਰਾਲੀ ਛੇਤੀ ਭਰ ਜਾਵੇ। ਜ਼ਿਲ੍ਹਾ ਮਾੜਾ ਜਿਹਾ ਸਾਹ ਦੇ ਨਾਲ ਟਰੈਕਟਰ ਤਾਂ ਪੂਰਾ ਹਟਦਾ ਆਪਣੇ ਵਾਲਾ, ਦੇਖੋ ਜੀ ਮਾਰਦਾ ਸਿੱਟੇ। ਲੋ ਜੀ ਬਾਈ ਲੱਗਿਆ ਵਾਰਸ ਬਣਾਉਣ ਤੂੜੀ, ਦੇਖੋ ਮੁੰਡਾ ਖਾਂਦਾ, ਦੇਖੋ ਕਿਆ ਕੁਲਫੀ, ਕਹਿੰਦੇ ਤੂੜੀ ਸੌਖੀ ਹੋਣੀ ਬਣਾਉਣੀ ਪੈਂਦੀ, ਕੁਲਫੀ ਖਾਂਦਾ ਤਾਂ ਹੀ ਨਿਗਰ ਬਣਦਾ ਬਾਈ ਇਹ, ਉਹ ਲੈਟ ਬਣਦੀ ਆ। ਬਾਈ ਲਾਣ ਬਹੁਤ ਆ, ਟਰੈਕਟਰ ਵੀ ਰਾਟ ਪਾਉਂਦਾ, ਟਰਾਲੀ ਦਾ ਤਾਂ ਕਿਹੜਾ ਕਿਆ ਪੈਣਾ, ਦੇਖੋ ਨਾਲੇ ਸੁੱਕਾ ਪਿਆ ਜਮੇ। ਉਹ ਦੱਬ ਜੂਗਾ ਟਰੈਕਟਰ, ਪਰ ਉਹ ਨਹੀਂ ਲਾਟ ਲੂਟ ਵਾਲਾ ਕੰਮ ਨਹੀਂ ਹੈਗਾ, ਜਮੇ ਟਰੈਕਟਰ ਦੇਖੋ ਧੂੰਆਂ ਦਿਖਾ ਜੂ, ਪੂਰਾ ਸਵਾਲ ਹੀ ਨਹੀਂ ਪੈਦਾ ਹੁੰਦਾ।